ਜਦੋਂ ਟੱਟ ਤੇ ਬਣੀ ਸੀ ਆਪਾਂ ਦਿੱਲੀ ਪਹੁੰਚ ਗਏ ਬਣੇ ਜੌਬ ਤੇ ਤਾਂ ਚੜ ਟੈਂਕੀਆਂ ਤੇ ਜਾਈਦਾ ਕੋਈ ਨੀ ਵਿਊ ਵੀ ਤੁਹਾਨੂੰ ਕੌਮ ਦੇ ਦੂਗੀ ਪੱਖ ਗੁਰੂ ਦੇ ਚ ਗਵਈਓ ਬੋਲਣਾ ਚਾਹੀਦਾ ਉਹ ਤੂੰ ਵੀ ਲਾਵਾਂ ਇਸੇ ਦੇ ਦਵਾਲੇ ਲਈਆਂ ਨੇ ਤੇਰੇ ਵੱਲ ਬਦਲਾਵ ਸਿਆਂ ਕੌਮ ਜਾਗਦੀ ਤੁਸੀਂ ਜਿਹੜੇ ਗੁਰੂ ਅੱਗੇ ਅਰਦਾਸਾਂ ਕਰਦੇ ਉਹਦੇ ਅੰਗ ਪਾਟੇ ਵੇਖ ਛਾਤੀ ਕਿਉਂ ਨੀ ਪਾਟਦੀ ਸਾਨੂੰ ਸਾਡੇ ਗੁਰੂ ਦਾ ਇਨਸਾਫ ਚਾਹੀਦਾ ਹਰ ਇੱਕ ਰੋਂਦੀ ਹੋਈ ਅੱਖ ਆਖਦੀ ਤੁਸੀਂ ਜਿਹੜੇ ਗੁਰੂ ਅੱਗੇ ਅਰਦਾਸਾਂ ਕਰਦੇ ਨੌਜਵਾਨ ਪੁੱਛਦਾ ਕਿ ਦੱਸੀ ਵੀਰੇ ਬਰ ਗਾੜੀ ਕੀ ਹੋਇਆ ਸੀ ਸੱਚ ਜਾਣਿਓ ਜਵਾਨੀ ਸਾਡੀ ਕਿੱਥੇ ਫਿਰਦੀ ਏ ਸੋਚ ਕੇ ਮੈਂ ਉਦੋਂ ਸਾਰੀ ਰਾਤ ਰੋਇਆ ਸੀ ਲੋ ਸੁਣੋ ਫਿਰ ਸਾਰੀ ਗੱਲ ਕੀ ਆ ਤੇ ਗੱਲ ਨਾਲ ਦੱਸੂ ਇਹਦਾ ਹੱਲ ਕੀ ਆ ਮਹੀਨਾ ਸੀਗਾ ਜੂਨ ਸਾਲ 2015 ਰੀਤ ਕੋਟੋਂ ਚੋਰੀ ਗੁਰੂ ਦੇ ਸਰੂਪ ਹੋਏ ਸੀ ਕੁਝ ਮਹੀਨੇ ਬਾਅਦ ਨਾਲੀਆਂ ਚੋਂ ਅੰਗ ਮਿਲ ਗਏ ਜਦੋਂ ਕੀਤਾ ਰੋਸ ਸੰਗਤਾਂ ਇਨਸਾਫ ਲਈ ਚੌਂਕ ਕੋਟ ਕਪੂਰੇ ਪੁਲਿਸ ਨੇ ਦੋਨੂੰ ਮਾਰਿਆ ਫਿਰ ਚੱਲੀ ਵੋਟਾਂ ਦੀ ਆ ਖੇਡ ਚੰਦਰੀ ਅਕਾਲੀਆਂ ਨੇ ਉਦੋਂ ਕੌਮ ਨੂੰ ਨਾ ਗੋਲਿਆ ਫਿਰ ਆਇਆ ਰਾਜਾ ਸਾਨੂੰ ਧੋਖਾ ਦੇਣ ਨੂੰ ਹੱਥ ਫੜ ਗੁਟਕਾ ਸੌਖਾ ਕੇ ਬੋਲਿਆ ਕਹਿੰਦਾ ਫੜ ਸਭ ਨੂੰ ਅੰਦਰ ਕਰੂੰਗਾ ਲੈ ਕੇ ਵੋਟਾਂ ਉਹ ਵੀ ਮੂੰਹ ਫੇਰ ਗਿਆ ਸੱਠ ਚਾਲੀ ਹਿੱਸਾ ਸਾਰੇ ਕਾਲੇ ਕੰਮਾਂ ਚ ਭੁੱਲਦੀ ਰਾਤ 1 ਵਜੇ ਤੱਕ ਫੋਨ ਉੱਤੇ ਹੁੰਦੀਆਂ ਦਿਨੇ 12 ਵਜੇ ਜਾ ਕੇ ਇਹਦੀ ਅੱਖ ਖੁੱਲਦੀ ਇੰਨੀ ਹੋਲੇ ਮੱਲੇ ਦੀ ਕਰੇਜ਼ ਨੀ ਰਹੀ ਜਿੰਨੀ ਹੁੰਦੀ ਆ ਲਾਂਟੇ ਜਦੋਂ ਸ਼ੋਪ ਖੁੱਲਦੀ ਬਸ ਆਖਰੀ ਆ ਪੀੜੀ ਜਿਹੜੀ ਨਿੱਤ ਨੇਮੀਆਂ 70 ਨੂੰ ਉਹ ਵੀ ਹੁਣ ਟੱਪ ਖੜੀ ਆ ਮੂਲ ਮੰਤਰ ਸਿਖਾਲੂ ਕੌਣ ਦੱਸੂ ਸਾਖੀਆਂ ਅੱਜ ਕੱਲ ਵਾਲੀ ਹੋਰ ਹੀ ਕਿਤਾਬਾਂ ਪੜੀਆਂ ਆਖਦੀ ਉਹ ਬਹੁਤ ਸ਼ੱਕ ਲਿਆ ਹੁਣ ਬਸ ਕਰੀਏ ਉਹ ਪਹਿਲਾਂ ਇਹ ਚਿੱਟੇ ਤੋਂ ਛਡਾਈਏ ਖੜਾ ਜੀ ਉਹ ਫਿਰ ਗੁਰੂ ਘਰ ਨਿਤ ਮੱਥਾ ਟੇਕੀਏ ਕਰ ਬਾਣੀ ਵੱਲ ਨੂਰ ਨਾ ਜਗਾਈਏ ਚੇਰਾ ਜੀ ਹੋ ਕੇ ਹਥਿਆਰ ਬੰਦ ਸੋਹਾਂ ਖਾਈਏ
ने साडे लई सारा परिवार वारिया, थोड़ा बहुता तां जरूर अगों पैणा मोड़ना। वाहिगुरु जी का खालसा, वाहिगुरु जी की फतह।